जय हिंद दोस्तों, मैं प्रीतम सिंह, प्रीतम फिट आर्मी का फाउंडर इंस्ट्रक्टर। दोस्तों आज दिस वीडियो विच आपां तुहानूं दस्सांगे प्लैंक्स बारे। तुसीं इक्को प्लैंक कर करके थक चुके होंगे, आ वाला ठीक है, ते अज तुहानूं इस तों निजात पाने आ। ते तुहानूं अज असीं घट तों घट 6 तरह के प्लैंक है जिहड़े दस्सांगे। ये प्लैंक ये नहीं है थोड़े स्ट्रेंथिंग वास्ते है, ये प्लैंक के नाल थोड़ा की बेनीफिट है, की थोड़ा रिजल्ट मिलेगा, इस कि प्रॉब्लम होवे तो तुसीं कर सकते हो, है ना, तो वह थोड़ा दस्सांगे डॉक्टर तुहानूं। हुण इहदे विच जदों आपां प्लैंक करदे आ ना, मोस्टली जिहड़े अपने इहदे विच प्रॉब्लम जिहड़ियां सॉल्व हुंदियां ने, काफ़ी सारियां प्रॉब्लम्स, मेनली जिहड़ी असीं ट्रैमर्स दे जिहड़ी दिक्कत आउंदी है उहदे विच प्लैंक एक्सरसाइज बहुत ज़्यादा इफेक्टिव है। ਇਹ ਕਿਸੇ ਨੂੰ ਵੀ ਨਹੀਂ ਪਤਾ ਜਿਹੜਾ ਹੱਥ ਸ਼ੇਕਿੰਗ ਆ ਪੰਜਾਬੀ ਦੇ ਵਿੱਚ ਦੱਸ ਦਿੰਦਾ, ਜਿਹਦੇ ਹੱਥ ਕੰਬਦੇ ਆ। ਤੁਹਾਨੂੰ ਪਹਿਲਾਂ ਵੀਡੀਓ ਬਣਾਈ ਹੋਈ ਆਪਾਂ ਨੇ, ਮੈਂ ਨੀਚੇ ਡਿਸਕ੍ਰਿਪਸ਼ਨ ਲਿੰਕ ਪਾਇਆ ਹੋਇਆ, ਤੁਸੀਂ ਉਹ ਦੇਖ ਸਕਦੇ ਹੋ। ਹੱਥ ਕੰਬਦੇ ਆ ਮੇਨਲੀ, ਤੁਸੀਂ ਇਹ ਸਮਝ ਲਓ ਹੈ ਨਾ, ਜਾਂ ਕਿਸੇ ਵੀ ਤਰ੍ਹਾਂ ਦਾ ਤੁਹਾਡੀ ਬੋਡੀ ਸ਼ੇਕਿੰਗ ਹੁੰਦੀ ਆ, ਉਸ ਦੇ ਲਈ ਆਪਾਂ ਪਲੈਂਕ ਆ ਜਿਹੜਾ ਦੱਸਦੇ ਹਾਂ, ਕਰਦੇ ਹਾਂ ਠੀਕ ਹੈ। ਅਤੇ ਇਹਦੇ ਵਿੱਚ ਫਸਟ ਪਲੈਂਕ ਆਉਂਦਾ ਆਪਣਾ, ਜਿਹੜਾ ਆਪਾਂ ਨੋਰਮਲ ਪਲੈਂਕ ਕਰਦੇ ਹਾਂ ਠੀਕ ਹੈ। ਹੁਣ ਇਹਦੇ ਵਿੱਚ ਨਾ ਤਾਂ ਜ਼ਿਆਦਾ ਉੱਪਰ ਆਉਣਾ ਠੀਕ ਹੈ, ਨਾ ਜ਼ਿਆਦਾ ਨੀਚੇ ਸਵੇ ਬੈਕ ਕਰਨਾ, ਨੋਰਮਲ ਇੱਕ ਸਟ੍ਰੇਟ ਲਾਈਨ ਦੇ ਵਿੱਚ ਰਹਿਣਾ ਠੀਕ ਹੈ। ਇਹ ਹੋ ਗਿਆ ਆਪਣਾ ਫਸਟ ਪਲੈਂਕ, ਇਹਨੂੰ ਆਪਾਂ ਹੋਲਡ ਕਰ ਸਕਦੇ 1-2 ਮਿੰਟ ਅਕੋਰਡਿੰਗ ਟੂ ਯੋਰ ਕਪੈਸਿਟੀ, ਕਿ ਤੁਸੀਂ ਕਿੱਦਾਂ ਇਹਨੂੰ ਕਿੰਨੇ ਟਾਈਮ ਤੱਕ ਹੋਲਡ ਕਰ ਸਕਦੇ ਠੀਕ ਹੈ। ਸੈਕਿੰਡ ਪਲੈਂਕ ਆਪਣਾ ਜਿਹੜਾ ਆਉਂਦਾ, ਉਹ ਆਉਂਦਾ ਸੁਪਰਮੈਨ ਪਲੈਂਕ। ਉਹਦੇ ਵਿੱਚ ਕੀ ਹੈ, ਇੱਕ ਆਲਟਰਨੇਟਿਵ ਲੈਗ, ਅਗਰ ਅਗਰ ਇਹ ਵਾਲਾ ਆਰਮ ਉੱਪਰ ਹੈ, ਇੱਕ ਹੱਥ ਉੱਪਰ ਜਾਊਗਾ, ਇੱਕ ਲੈਗ ਉੱਪਰ ਜਾਊਗਾ ਠੀਕ ਹੈ, ਆਲਟਰਨੇਟਿਵ ਠੀਕ ਹੈ, ਇਸ ਤਰੀਕੇ ਨਾਲ। ਸੈਕਿੰਡ ਫੇਰ ਦੂਸਰਾ ਇੱਦਾਂ ਹੀ, ਸੈਕਿੰਡ ਪਾਰਟ ਲੈਫਟ ਐਂਡ ਰਾਈਟ, ਇਸ ਤਰੀਕੇ ਨਾਲ। ਇਹ ਹੋ ਗਿਆ ਸੁਪਰਮੈਨ ਪਲੈਨ। ਹੁਣ ਇਹ ਕੀ ਹੈ, ਆਪਣੇ ਜਿਹੜਾ ਕੋਰ ਹੈ, ਬੈਕ ਹੈ, ਤਿੰਨਾਂ ਦੇ ਉੱਤੇ, ਕੋਰ, ਐਬਸ ਅਤੇ ਆਪਣੀ ਬੈਕ, ਇਹ ਤਿੰਨਾਂ ਦੇ ਉੱਤੇ ਕੰਮ ਕਰਦਾ ਹੈ ਪਲੈਂਕ ਐਕਸਰਸਾਈਜ਼, ਉਹਦੇ ਵਾਸਤੇ ਬਹੁਤ ਇਫੈਕਟਿਵ। ਦੋ ਦੱਸੇ, ਇੱਕ ਨੋਰਮਲ ਪਲੈਂਕ ਦੱਸਿਆ, ਦੂਸਰਾ ਆਪਾਂ ਦੱਸਿਆ ਸੁਪਰਮੈਨ ਪਲੈਨ ਠੀਕ ਹੈ। ਥਰਡ ਪਲੈਂਕ ਕੀ ਆਉਂਦਾ ਆਪਣਾ, ਜਿਹੜੇ ਆਪਣੀ ਫਿਜ਼ੀਓਥੈਰੇਪੀ ਦੀ ਵਰਡਿੰਗਸ ਅਗਰ ਕਿਹਾ ਜਾਵੇ, ਤਾਂ ਉਹਦੇ ਵਿੱਚ ਪ੍ਰੋਨ ਔਨ ਹੈਂਡ, ਪ੍ਰੋਨ ਔਨ ਐਲਬੋ। ਹੁਣ ਇਹਦੇ ਵਿੱਚ ਕੀ ਆ, ਆਪਾਂ ਇਸ ਤਰੀਕੇ ਨਾਲ ਪ੍ਰੋਨ ਪੋਜੀਸ਼ਨ 'ਤੇ ਚੱਲ ਗਏ, ਹੁਣ ਆਪਾਂ ਇਹਨੂੰ ਹੈਂਡ 'ਤੇ ਲੈ ਕੇ ਆਵਾਂਗੇ, ਉੱਠ ਜਾਓ ਇੱਦਾਂ ਗਿਰਦੇ ਗਿਰਦੇ ਪਿੱਛੇ ਆ ਜਾਓ ਠੀਕ ਹੈ, ਫਿਰ ਦੁਬਾਰਾ ਹੈਂਡ 'ਤੇ ਠੀਕ ਹੈ। ਇਹ ਵਾਲਾ ਕੰਟੀਨਿਊਸਲੀ 'ਚ ਇਹ ਸਟੈਪ ਕਰਨੇ ਨੇ ਬਾਰ ਬਾਰ ਠੀਕ ਹੈ। ਦਿਸ ਇਜ਼ ਪਲੈਂਕ ਹੈ, ਪਲੈਂਕ ਔਨ ਪ੍ਰੋਨ ਔਨ ਐਲਬੋ, ਫਿਰ ਪ੍ਰੋਨ ਔਨ ਹੈਂਡ, ਦੈਨ ਅਗੇਨ ਪ੍ਰੋਨ ਔਨ ਐਲਬੋ, ਮਤਲਬ ਇਹ ਕੰਟੀਨਿਊਸਲੀ ਇਹ ਚੀਜ਼ਾਂ ਚੱਲਦੀਆਂ ਰਹਿਣਗੀਆਂ। ਨੈਕਸਟ ਆਉਂਦਾ ਆਪਣਾ ਸਪਾਈਡਰ ਪਲੈਂਕ, ਜਿਹਨੂੰ ਆਪਾਂ ਫਿਗਰ ਔਫ 4 ਵੀ ਕਹਿੰਦੇ ਹਾਂ, 4th ਟਾਈਪ ਆਫ ਪਲੈਂਕ ਹੈ ਜਿਹੜਾ ਆਪਣਾ ਆਉਂਦਾ ਵਾ ਸਪਾਈਡਰ ਪਲੈਂਕ। ਉਹਦੇ ਵਿੱਚ ਕੀ ਹੈ ਕਿ ਇੱਕ ਬੋਡੀ ਪਾਰਟ ਨੂੰ ਜਿਹੜਾ ਇਹ ਵਾਲੀ ਆਰਮਸ ਰੈਸਟਿੰਗ ਪੋਜੀਸ਼ਨ ਜਿਵੇਂ ਹੁੰਦਾ, ਫਿਰ ਇਹ ਚੀਜ਼ ਨੂੰ ਇੱਦਾਂ ਫੋਲਡ ਕਰੋਗੇ, ਵਾਪਿਸ ਲੈ ਆਓ, ਫਿਰ ਇਹਨੂੰ ਫਿਰ ਉਤਰੋ ਇੱਦਾਂ ਠੀਕ ਹੈ। ਦਿਸ ਇਜ਼ ਸਪਾਈਡਰ ਪਲੈਂਕ, ਜਿਹਨੂੰ ਆਪਾਂ ਬੋਲਦੇ ਹਾਂ, ਆਪਣੇ ਇਹ ਕੋਰ ਮਸਲਸ ਦੇ ਉੱਤੇ ਬੇਸਿਕਲੀ ਇਫੈਕਟ ਕਰਦਾ ਠੀਕ ਹੈ, ਇਹਨੂੰ ਆਪਾਂ ਫਿਗਰ ਆਫ 4 ਵੀ ਬੋਲਦੇ ਹਾਂ। ਜਿਹੜਾ ਅਗਲਾ ਆਉਂਦਾ ਜਿਹੜਾ ਸਾਈਡ ਪਲੈਂਕ ਠੀਕ ਹੈ, ਇਹਦੇ ਵਿੱਚ ਇੰਨਾ ਧਿਆਨ ਰੱਖਣਾ ਕਿ ਆਪਣੀ ਇਨਕਲਾਈਨਡ ਪੋਜੀਸ਼ਨ ਦੇ ਵਿੱਚ ਰਹੇ, ਔਰ ਜਿਹੜਾ ਆਪਣਾ ਵੇਟ ਹੈ ਬੋਡੀ ਦਾ, ਉਹ ਸਾਰਾ ਐਲਬੋ ਤੋਂ ਲੈ ਕੇ ਨੀਚੇ ਕਰੋ, ਤੁਸੀਂ ਐਲਬੋ ਤੋਂ ਲੈ ਕੇ ਠੀਕ ਹੈ ਆਪਣੇ ਐਂਕਲ ਤੱਕ, ਇਹ ਸਾਰਾ ਵੇਟ ਬੋਡੀ ਦਾ ਇਸ ਪਾਰਟ ਦੇ ਵਿੱਚ ਰਹੇ, ਇੱਧਰ ਕੋਈ ਨਾ ਆਵੇ ਠੀਕ ਹੈ। ਸੇਮ ਡਿਫਰੈਂਟ ਦੂਸਰੀ ਸਾਈਡ 'ਤੇ ਠੀਕ ਹੈ, ਇਹ ਸੀਗਾ ਆਪਣਾ ਸਾਈਡ ਪਲੈਂਕ ਠੀਕ ਹੈ। ਨੈਕਸਟ ਆਪਣਾ ਜਿਹੜਾ ਲਾਸਟ ਪਲੈਂਕ ਆਉਂਦਾ ਵੈ, ਉਹਦਾ ਵੈ ਉਹ ਕੀ ਸ਼ਿਫਟਿੰਗ ਪਲੈਂਕ, ਮਤਲਬ ਉਹਦੇ ਵਿੱਚ ਕੀ ਸਾਈਡ, ਮਤਲਬ ਸਾਈਡ ਵੇਜ਼ ਪਲੈਂਕਿੰਗ ਕਰਨੀ ਹੈ ਬਟ ਸ਼ਿਫਟਿੰਗ ਦੇ ਨਾਲ ਕਰਨੀ ਠੀਕ ਹੈ। ਫਿਰ ਉੱਧਰ ਜਾਵਾਂਗੇ ਠੀਕ ਹੈ, ਫਿਰ ਇੱਧਰ ਆਏ, ਫਿਰ ਇੱਧਰ ਚਲੇ, ਮਤਲਬ ਕਿ ਸ਼ਿਫਟਿੰਗ ਕਰਨੀ ਹੈ। ਇਹਦੇ ਨਾਲ ਕੀ, ਇੱਕ ਤਾਂ ਆਪਣੀ ਜਿਹੜੀ ਬੋਡੀ ਦੀ ਪੋਜੀਸ਼ਨ ਹੈ ਉਹ ਆਪਣੀ ਪੋਜੀਸ਼ਨਿੰਗ ਸੈੱਟ ਹੋਏਗੀ, ਪਲੱਸ ਆਪਣੀ ਸਟਰੈਂਥ ਬਿਲਡ ਹੋਊਗੀ, ਪਲੱਸ ਆਪਣੇ ਜਿਹੜੇ ਕੋਰ, ਐਬ ਦੇ ਜਿਹੜੇ ਬੈਕ ਆ, ਉਹ ਤਿੰਨੋਂ ਮਸਲ ਇਨਵੋਲਵ ਹੋ ਜਾਣਗੇ। ਤਾਂ ਇਹ ਤਰ੍ਹਾਂ ਇਹ ਸੀਗੇ ਆਪਣੇ 6 ਤਰ੍ਹਾਂ ਦੇ ਪਲੈਂਕਸ। ਤਾਂ ਦੋਸਤੋ ਦੇਖਿਆ ਤੁਸੀਂ ਨੇ, ਇਹ ਸੀਗੇ ਆਪਣੇ 6 ਤਰ੍ਹਾਂ ਦੇ ਪਲੈਂਕ। ਮੋਸਟਲੀ ਤੁਸੀਂ ਪਹਿਲਾ ਜਾਂ ਦੂਸਰਾ ਇਹਦੇ ਵਿੱਚ ਇੱਕ ਜਾਂ ਦੋ ਕੀਤੇ ਹੋਣਗੇ, ਬਟ ਇਹ ਨੇ ਵੇਰੀਏਸ਼ਨ ਇਸ ਦੇ ਵਿੱਚ ਠੀਕ ਹੈ। ਵੇਰੀਏਸ਼ਨ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ ਠੀਕ ਹੈ, ਅਤੇ ਤੁਹਾਨੂੰ ਪਤਾ ਵੀ ਲੱਗੇਗਾ ਤੁਸੀਂ ਇਹ ਕਰੋਗੇ। ਮੈਂ ਹੁਣ ਕੀਤਿਆਂ ਮੈਨੂੰ ਪਤਾ ਲੱਗ ਰਿਹਾ ਕਿ ਹਾਂ ਕਿਹੜੇ ਕਿਹੜੇ ਮਸਲ 'ਤੇ, ਕਿਹੜੇ ਕਿਹੜੇ ਜਿਵੇਂ ਕੋਰਸ 'ਤੇ, ਹੈ ਨਾ, ਤੁਹਾਡੇ ਆਪਣਾ ਐਬਸ 'ਤੇ, ਤੁਹਾਡੇ ਐਬਸ 'ਤੇ, ਤੁਹਾਡੇ ਐਬ ਬੈਕ 'ਤੇ ਇਨਵੋਲਵ ਹੋ ਰਹੇ ਮਸਲ, ਸਾਰੇ ਮਸਲ ਤੁਹਾਡੇ ਇਨਵੋਲਵ, ਤੁਹਾਨੂੰ ਪਤਾ ਲੱਗਿਆ ਆਪਣੇ ਆਪ 'ਤੇ ਠੀਕ ਹੈ। ਇਹ ਜ਼ਰੂਰ ਕਰੋ, ਇਹਦੇ ਸੈੱਟ ਦੱਸ ਦਿਓ ਥੋੜ੍ਹਾ। ਇਹਦੇ ਵਿੱਚ ਕੀ ਹੈ, ਤੁਸੀਂ 15-20 ਰੈਪਸ ਕਰ ਸਕਦੇ ਹੋ ਠੀਕ ਹੈ, ਮਤਲਬ ਡਿਫਰੈਂਟ ਡਿਫਰੈਂਟ ਵੇਰੀਏਸ਼ਨ, ਬਟ ਸਟਾਰਟਿੰਗ ਹੈ, ਅਗਰ ਤੁਸੀਂ 5-10 ਵੀ ਕਰ ਰਹੇ ਹੋ ਤਾਂ ਮੋਰ ਦੈਨ ਇਨਫ ਹੈ। ਹੌਲੀ ਹੌਲੀ ਕਰਕੇ ਜਿੱਦਾਂ ਜਿੱਦਾਂ ਸਟਰੈਂਥ ਬਿਲਡ ਹੁੰਦੀ ਜਾਏਗੀ, ਉਵੇਂ ਉਵੇਂ ਆਪਣੇ ਰੈਪਸ ਨੂੰ ਇਨਕਰੀਜ਼ ਕਰ। ਅਤੇ ਦੋਸਤੋ ਇਹ ਜ਼ਰੂਰ ਟਰਾਈ ਕਰਿਓ, ਅਤੇ ਕਿਵੇਂ ਦੇ ਲੱਗੇ ਇਹ ਵੀਡੀਓ ਸਾਨੂੰ ਨੀਚੇ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਅਸੀਂ ਤੁਹਾਨੂੰ ਭੈਣ ਭਾਈ ਜਲਦੀ ਹੀ ਹੋਰ ਜ਼ਿਆਦਾ ਇਫੈਕਟਿਵ ਤੋਂ ਇਫੈਕਟਿਵ ਐਕਸਰਸਾਈਜ਼ ਵੀਡੀਓ ਤੁਹਾਡੇ ਲਈ ਲੈ ਕੇ ਆ ਰਹੇ ਹਾਂ। ਅਤੇ
ਅਸੀਂ ਮੋਟੀਵੇਟ ਕਿਸੇ ਨਾਲ ਹੁੰਦੇ ਹਾਂ ਜਦੋਂ ਤੁਸੀਂ ਇਹ ਵੀਡੀਓ ਨੂੰ ਅੱਗੇ ਅੱਗੇ ਸ਼ੇਅਰ ਕਰਦੇ ਹੋ, ਤੁਸੀਂ ਲਾਈਕ ਕਰਦੇ ਹੋ, ਤੁਸੀਂ ਕਮੈਂਟ ਕਰਦੇ ਹੋ, ਕਮੈਂਟ ਦੇ ਵਿੱਚ ਤੁਸੀਂ ਪੁੱਛਦੇ ਹੋ ਸਰ ਕੋਈ ਪ੍ਰੋਬਲਮ ਪੁੱਛਦੇ ਹੋ ਜਾਂ ਕੁਛ ਵੀ ਤਰ੍ਹਾਂ ਕੋਈ ਡਿਸਕਸ਼ਨ ਹੁੰਦਾ ਤੁਹਾਡਾ, ਤਾਂ ਸਾਨੂੰ ਵਧੀਆ ਲੱਗਦਾ ਕਿ ਹਾਂ ਅਤੇ ਕੋਈ ਵੀ ਪ੍ਰੋਬਲਮ ਤੁਸੀਂ ਫੇਸ ਕਰ ਰਹੇ ਹੋ ਨੀਚੇ ਕਮੈਂਟ ਬਾਕਸ ਜ਼ਰੂਰ ਪਾਓ। ਮੈਂ ਵੀ ਜਦੋਂ ਵੀਰੇ ਨਾਲ ਕੋਈ ਵੀ ਵੀਡੀਓਜ਼ ਆਉਂਦੀ ਹੈ ਮੈਂ ਨੀਚੇ ਕਮੈਂਟ ਜ਼ਰੂਰ ਪੜ੍ਹਦੀ ਹਾਂ, ਅਗਰ ਕੁਛ ਇੱਦਾਂ ਦੀ ਚੀਜ਼ ਹੋਏਗੀ ਤਾਂ ਅਸੀਂ ਜਲਦੀ ਤੋਂ ਜਲਦੀ ਉਹਦੀ ਵੀ ਵੀਡੀਓਜ਼ ਕ੍ਰੀਏਟ ਕਰਾਂਗੇ। ਬਿਲਕੁਲ ਜੀ, ਅਤੇ ਦੋਸਤੋ ਮਿਲਦੇ ਹਾਂ ਨੈਕਸਟ ਵੀਡੀਓ 'ਚ ਨੈਕਸਟ ਜਾਣਕਾਰੀ ਦੇ ਨਾਲ, ਤਦ ਤੱਕ ਲਈ ਜੈ ਹਿੰਦ।